सो गाइस बोर्डिंग स्टार्ट हो चुकी है। कस्टम ते काफी टाइम लग गया यार, साडा कार्ड पता नहीं क्यों नहीं वर्क कर रहा। सानू अज रात ली एक्स्ट्रा 10,000 रुपया पे करना पिया। डोंट कीप इट विद मोबाइल आफ्टर एरर्स। ओके ठीक है, फोन नंबर करेक्ट ना? या 531। नाउ वी हैव टू गो डाउन एंड रिचार्ज। रिचार्ज? या फिर रिसेप्शन ते जाना पैना, पंजवें फ्लोर ते आ। पर यार लत्तां बड़ियां थक गईयां तुर तुर के। चलो की कर सकते, हुण जाना ते पैना ही आ। Two hours later. ਜਿਹੜੀ ਰਹਿੰਦੀ ਹੁੰਦੀ ਗੱਲ ਸਾਰੀ ਹੀ ਉਹ ਹੋਟਲ ਵਾਲਿਆਂ ਨੇ ਪੂਰੀ ਕਰਤੀ। ਪਿਛਲੇ 2 ਘੰਟੇ ਤੋਂ ਰਿਸੈਪਸ਼ਨ ਤੇ ਖੜਾ, ਹੁਣ ਕੀ ਚੱਕਰ ਪਿਆ ਤੁਹਾਨੂੰ ਜਾ ਕੇ ਦੱਸਦਾ। ਯਾਰ ਜਿੰਨੇ ਅਸੀਂ ਮਜ਼ੇ ਕੀਤੇ ਨਾ ਦੁਬਈ ਟ੍ਰਿਪ ਤੇ, ਉਸ ਤੋਂ ਜ਼ਿਆਦਾ ਖੱਜਲ ਹੋਏ ਜੇ। ਕੀ ਕੀ ਦੱਸੇ ਯਾਰ ਤੁਹਾਨੂੰ, ਆਹ ਦੇਖ ਲਓ, ਮੈਂ ਤਾਂ ਬੂਟ ਲਾ ਕੇ ਖਲੋਇਆ ਯਾਰ, ਮੇਰੇ ਤਾਂ ਪੈਰ ਹੀ ਨਹੀਂ ਦੁੱਖ ਰਿਹਾ, ਲੱਤਾਂ ਦੀ ਤਾਂ ਬੈਂਡ ਵੱਜੀ ਪਈ ਯਾਰ ਬੈਂਡ। ਹੁਣ ਕੀ ਚੱਕਰ ਪਿਆ ਤੁਹਾਨੂੰ ਦੱਸਦਾ। ਪਹਿਲਾਂ ਰੂਮ ਤੇ ਪਹੁੰਚ ਗਈ ਯਾਰ। ਤੁਹਾਨੂੰ ਇੱਕ ਵਾਰੀ ਆਪਣੇ ਰੂਮ ਦੀ ਹਾਲਤ ਦਿਖਾਉਣਾ ਯਾਰ। ਆ ਦੇਖੋ, ਹੁਣ ਕੀ ਚੱਕਰ ਪਿਆ ਰਿਸੈਪਸ਼ਨ ਤੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਇੰਡੀਆ ਤੋਂ ਦੁਬਈ ਆਏ ਨਾ, ਤੇ ਸਾਡੀ ਪਹਿਲਾਂ ਫਲਾਈਟ ਸੀ 11 ਵਜੇ ਦੀ, ਤੇ ਉਹ ਫਲਾਈਟ ਲੇਟ ਹੋ ਕੇ ਹੋ ਗਈ ਜੀ 7 ਵਜੇ ਦੀ। ਜਦੋਂ ਇੰਡੀਆ ਤੋਂ ਟਿਕਟ ਲੇਟ ਹੋਈ ਆ, ਤੇ ਇੱਥੋਂ ਵੀ ਟਿਕਟ ਅੱਗੇ ਹੋਣੀ ਸੀ, ਜਿਹੜੀ 5:30 ਦੀ ਟਿਕਟ ਸੀ ਉਹ ਹੋ ਗਈ 11 ਵਜੇ ਦੀ। ਜਿਹੜੀ ਸਾਡੀ ਹੋਟਲ ਦੀ ਬੁਕਿੰਗ ਉਹ ਹੈਗੀ ਸੀ 4 ਦਿਨ ਦੀ, ਮਤਲਬ ਸਾਨੂੰ ਅੱਜ ਰਾਤ ਲਈ ਐਕਸਟਰਾ 10,000 ਰੁਪਇਆ ਪੇ ਕਰਨਾ ਪਿਆ ਸਿਰਫ ਉਹ ਫਲਾਈਟ ਲੇਟ ਹੋਣ ਕਰਕੇ। ਤੇ ਹੁਣ ਕੀ ਕਰ ਸਕਦੇ ਹਾਂ ਯਾਰ, ਹੁਣ ਆਹ ਸਾਰਾ ਸਮਾਨ ਵਗੈਰਾ ਪੈਕ ਕਰਨਾ ਸੀ, ਰੈਸਟ ਕਰਨੀ ਆ, ਰਾਈਟ ਨੋ ਟਾਈਮ ਹੋ ਗਿਆ। ਰਿਸੈਪਸ਼ਨ 'ਤੇ ਮੈਂ ਗਿਆ ਵਾਂ 8 ਵਜੇ ਸਾਰਾ, ਕਿਉਂਕਿ ਯਾਰ ਸਾਡੇ ਕੋਲ ਜਿਹੜੇ ਦਿਰਾਮ ਸੀ ਉਹ ਵੀ ਖਤਮ ਹੋ ਗਏ ਹੋਏ ਆ। 2 ਘੰਟੇ ਖੱਜਲ ਹੋ ਕੇ ਸਾਰੀ ਹੋਟਲ ਦੀ ਪੇਮੈਂਟ ਵਗੈਰਾ ਕਰਕੇ ਹੁਣ ਰੂਮ 'ਚ ਆਏ ਹਾਂ। ਹੁਣ ਤਾਂ ਯਾਰ ਇੱਦਾਂ ਵਾ ਕਿ ਬਸ ਸਾਹਮਣੇ ਬੈੱਡ ਆ, ਅਤੇ ਲੰਮੇ ਪੈ ਜਾਓ ਅਤੇ ਸੋ ਜਾਓ। ਪਰ ਨਹੀਂ, ਆਪਾਂ ਹਲੇ ਸਾਰਾ ਸਮਾਨ ਪੈਕ ਕਰਨਾ ਵਾ, ਕਿਉਂਕਿ ਸਵੇਰੇ ਅਸੀਂ ਨਿਕਲਣਾ ਵਾ ਹੋਟਲ ਤੋਂ 7 ਵਜੇ, ਅਤੇ ਰਾਤ ਦੇ ਵੱਜ ਚੁੱਕੇ ਆ ਜੀ 10:10, ਅਤੇ ਹਾਲੇ ਆਪਾਂ ਡਿਨਰ ਕਰਨਾ ਵਾ। ਮਤਲਬ ਕਿ ਜਿੰਨੇ ਅਸੀਂ ਦੁਬਈ 'ਚ ਮਜ਼ੇ ਕੀਤੇ ਆ ਨਾ, ਉਸ ਤੋਂ ਜ਼ਿਆਦਾ ਤੰਗ ਹੋਏ ਹਾਂ ਯਾਰ। ਬਾਕੀ ਚਲੋ ਕੋਈ ਗੱਲ ਨਹੀਂ, ਕੀ ਕਰ ਸਕਦੇ ਹਾਂ, ਜੋ ਲਿਖਿਆ ਕੋਈ ਨਹੀਂ। ਅਤੇ ਉੱਧਰ ਦੇਵੇਂ ਬਾਈ ਕੋਫੀ ਬਣਾ ਰਿਹਾ ਵਾ, ਹਾਲੇ ਆਪਾਂ ਡਿਨਰ ਔਡਰ ਕਰਨਾ ਵਾ। ਇੱਥੇ ਲਾਗੀ ਰੈਸਟੋਰੈਂਟ ਬੜਾ ਵਧੀਆ, ਪੰਜਾਬ ਬਾਈ ਅੰਮ੍ਰਿਤਸਰ, ਜਿੱਥੇ ਆਪਾਂ ਪਹਿਲੇ ਦਿਨ ਗਏ ਸੀ, ਸੋ ਉੱਥੋਂ ਦਾ ਫੂਡ ਮਜ਼ੇਦਾਰ ਯਾਰ। ਯਾਰ ਅਸੀਂ ਪੈਕਿੰਗ ਕਰ ਰਹੇ ਸੀ, ਅਤੇ ਇੱਕੋ ਦਮ ਹੀ ਆ ਫਾਇਰ ਅਲਾਰਮ ਵੱਜ ਗਿਆ। ਅਸੀਂ ਤਾਂ ਸਾਰੇ ਡਰ ਗਏ, ਅਸੀਂ ਕੀ ਯਾਰ, ਪੂਰਾ ਹੋਟਲ ਜਿੰਨੇ ਗੈਸਟ ਰਹਿ ਰਹੇ ਆ ਸਾਰੇ ਡਰ ਗਏ ਸੀ। ਮੇਰਾ ਪਾਸ ਨਹੀਂ ਨਹੀਂ ਭੱਜਣ ਦੀ ਕੋਈ ਗੱਲ ਨਹੀਂ ਸੀ ਯਾਰ। ਬਾਕੀ ਇਹਨਾਂ ਦਾ ਪਤਾ ਲੱਗ ਗਿਆ ਸੀ ਕਿ ਫਾਇਰ ਅਲਾਰਮ, ਪਰ ਇਹ ਨਹੀਂ ਪਤਾ ਸੀ ਕਿ ਅੱਗ ਨਹੀਂ ਲੱਗੀ, ਕਿਸੇ ਨੇ ਇੱਦਾਂ ਸਿਗਰਟ ਪੀਤੀ ਹੋਣੀ ਆ, ਅਤੇ ਆਹ ਜਿਹੜੇ ਆ ਲੱਗੇ ਹੋਏ ਆ।
ਇਹ ਚ ਡਿਟੈਕਟ ਹੋ ਗਿਆ ਹੋਣਾ ਧੂਆਂ। ਸੋ ਪੈਕਿੰਗ ਵੀ ਆਲਮੋਸਟ ਸਾਡੀ ਹੋ ਚੁੱਕੀ ਹੈ ਜੀ। ਗੁੱਡ ਮਾਰਨਿੰਗ ਗਾਇਸ, ਤੇ ਹੁਣ ਅਸੀਂ ਨਿਕਲਦੇ ਹਾਂ ਜੀ ਏਅਰਪੋਰਟ ਵੱਲ ਨੂੰ, ਤੇ ਟਾਈਮ ਹੋ ਗਿਆ ਜੀ ਸਵੇਰ ਦੇ 6:43 ਤੇ 7 ਵਜੇ ਸਾਡਾ ਪਿਕਅਪ ਆ ਹੋਟਲ ਤੋਂ ਏਅਰਪੋਰਟ ਵੱਲ ਨੂੰ। ਚਲੋ ਏਅਰਪੋਰਟ ਚੱਲਦੇ ਹਾਂ। ਸੋ ਇਸ ਰੂਮ ਨੂੰ ਬਾਏ ਬਾਏ ਕਹਿਣ ਦਾ ਟਾਈਮ ਆ ਚੁੱਕਿਆ। ਚਲੋ एयरपोर्ट पहुँच चुके हैं, सिक्योरिटी चैक हो गया, इमीग्रेसन हो गई है, बोर्डिंग पास कलैक्ट कर ले हुए तो अगले अद्धे घंटे साड़ी बोर्डिंग स्टार्ट हो जानी है। सो फाइनली वापस जा रहे हैं जी दुबई तो इंडिया अमृतसर। सो जाने तो वैसे सच्ची दस दिल नहीं कर रहा, पर की कर सकते, जाना तो पैना ही है। तो बाकी एक सलाह तुम दी जाऊगी कि जो तुम दुबई आ रहे हो या किसी भी इंटरनेशनल कंट्री जा रहे हो, हमेशा थोड़ा जिन्ना तुहाडा बजट आ उस तो 30-40% कैश अपने नाल कैरी करके जाओ, क्योंकि इतने खर्चे हो जाते जी, बदो बदी खर्चे हो जाते जी, तुम चाहो चाहे ना चाहो। सो मुश्किल ना आए। बाकी यार साडा प्लैन अचानक बढ़िया, मैं फोरेक्स कार्ड अप्लाई किया हुआ ही पर वो आया नहीं ही। तो जी मैकबुक बाय की आप दुबई तो वह वैट रिफंड होना ही एयरपोर्ट तो वह भी करा लिया हुआ वा, वह भी 10-15 दिन च बैंक अकाउंट चाहूगा। सो बस हूँ मरिंडा पीने, वेट करते हैं तो फिर चलते हैं वापस अमृतसर वालों। सो गाइस बोर्डिंग स्टार्ट हो चुकी है। Welcome to Amritsar Shri Guru Ram Das Ji International Airport. The temperature outside is 15 degrees Celsius. So guys, finally Amritsar Airport पहुंच चुके हैं। Immigration भी हो गई है, हुण आपां अपने baggage दी वेट कर रहे हैं, आउंदे आ ते लैके फिर बाहर चलते हैं। Finally कस्टम ते काफ़ी टाइम लग गया क्योंकि रश काफ़ी ज़्यादा ही। अमृतसर पहुँच गया जी, हुण वारी है जी घर नूं जाण दी। हाँ जी गाइस, वापस दुबई तो आ चुके हैं जी, तो हुण मैं जा रहा जी दरबार साहब मत्था टेकन वास्ते। काफ़ी दिन हो गए, तो बाकी ताडे सारे काफ़ी कमेंट्स आ रहे ही कि भी लोकेशन दे देंगे, वो लोकेशन देंगे। यार इस बार ना टाइम बहुत लिमिटेड जहा ही 4-5 दिन ही। सो 4-5 दिन जिते इतने घूमया गया घूमया, बाकी छेती एक होर दुबई की ट्रिप बनाने। तो जे किसी ने हाल तक दुबई वाले ब्लॉग्स नहीं देखे तो जाके देखियो, जो चंगे लगन तो लाइक कमेंट तो शेयर करो। तो इस आप इस वीडियो आप खत्म करते हैं, होप करते हैं कि तुम्हें ब्लॉग वधिया लगा, होई वधिया लगा तो लाइक कमेंट शेयर जरूर करो। हुण तो 2-3 दिन आराम ना नींद पूरी करनी है, हाले ही मैं इन्ना ज़्यादा थक्या होया ना कि दसी। चलो तो चलो मिलते हैं इदा ही किसी अगले ब्लॉग च। हाले आप मैकबुक की अनबॉक्सिंग करनी है, सारा दसागा कि इंडिया के मैकबुक किन्नी दी ही, दुबई तो मैं किन्नी सस्ती पई, मतलब कि काफ़ी सस्ती पई है। सो वो गल करते हैं जी आप अगले ब्लॉग च। टिल दैन बाय बाय, टेक केयर, रब रखा।